ਅੰਮ੍ਰਿਤਸਰ ਦੇ ਪਾਸਰ ਕੇ ਭੈਣੀ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਘਰ ਦੀ ਵਾਸ਼ਿੰਗ ਮਸ਼ੀਨ ਵਿੱਚ ਇੱਕ ਬੱਚੇ ਦਾ ਭਰੂਣ ਮਿਲਿਆ। ਪੁਲਿਸ ਨੇ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਭਰੂਣ ਰੱਖਣ ਵਾਲੇ ਦੀ ਪਛਾਣ ਵੀ ਕੀਤੀ ਜਾ ਰਹੀ ਹੈ। ਉਸੇ ਘਰ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਇੱਕ ਵਿਆਹ ਤੇ ਗਏ ਹੋਏ ਸੀ, ਜਦੋਂ ਉਹ ਵਾਪਿਸ ਆਏ ਤੇ ਅਗਲੇ ਦਿਨ ਜਦੋਂ ਮਸ਼ੀਨ ਚਲਾਉਣ ਲੱਗੇ ਤਾਂ ਉਹਨਾਂ ਨੇ ਮਸ਼ੀਨ ਦੇ ਵਿੱਚ ਬੱਚੇ ਦਾ ਭਰੂਣ ਪਿਆ ਹੋਇਆ ਦੇਖਿਆ। ਉਸੇ ਸਮੇਂ ਉਹਨਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ। ਸਾਡੇ 7 ਵਜੇ ਬਰਾਤ ਆਈ ਹੈ ਤੇ ਅਸੀਂ ਸੋਮਵਾਰ ਬੱਤੀ ਨਹੀਂ ਆਈ ਤੇ ਮੰਗਲਵਾਰ ਕੱਪੜੇ ਧੋਣ ਲੱਗੇ। ਅੱਛਾ, ਮਸ਼ੀਨ ਦੇ ਵਿੱਚ ਬੱਚਾ। ਇਹਦੇ ਬਾਰੇ ਤੁਸੀਂ ਪੁਲਿਸ ਨੂੰ ਤਲਾਹ ਕੀਤੀ? ਹਾਂਜੀ। ਆਏ ਪੁਲਿਸ ਵਾਲੇ ਕੀ ਕਹਿੰਦੇ? ਹਾਂ, ਪੁਲਿਸ ਵਾਲੇ ਆਏ, ਲੈ ਗਏ ਪੁਲਿਸ ਵਾਲੇ। ਅੱਛਾ, ਕੀ ਮੰਗ ਕਰਦੇ ਹੋ ਹੁਣ ਤੁਸੀਂ ਪੁਲਿਸ ਤੋਂ? ਇਹੋ ਵੀ ਆਪਣੇ ਭਲੇ ਬਦਲੇ ਹੀ, ਕਿ ਸਾਡਾ ਭਲਾ ਹੋ ਜੇ। ਅਸੀਂ ਵਿਆਹ ਗਏ ਹਾਂ। ਹਾਂਜੀ, ਮਗਰੋਂ ਇੱਕ ਵਾਕਿਆ ਹੋਇਆ। ਕੀ ਗੱਲ ਹੋਈ ਸਾਰੀ? ਅਸੀਂ ਤੇ ਪਤਾ ਨਹੀਂ ਲੱਗਾ, ਅਸੀਂ ਤੇ ਮੈਂ ਕਣਕ ਲੈ ਕੇ ਗਿਆ ਘਰ, ਮਸ਼ੀਨ ਤੋਂ ਆਟਾ ਲਿਆ ਤੇ ਮੇਰੇ ਆਉਂਦਿਆਂ ਨੂੰ ਇੱਥੇ ਹਵ ਲੱਖ ਜੁੜੀ ਸੀ। ਅੱਛਾ ਜੀ। ਤੇ ਮੁੜ ਕੇ ਪੁਲਿਸ ਵਾਲੇ ਸੱਦ ਲਏ। ਅੱਛਾ ਜੀ। ਹਾਂ, ਕੋਈ ਪਤਾ ਲੱਗਾ ਬੱਚਾ ਕੌਣ ਸੀ, ਕਿੰਨਾ ਦਾ ਸੀ? ਨਾ ਮਹਾਰਾਜ, ਆਪਾਂ ਨੂੰ ਪਤਾ ਹੀ ਨਹੀਂ, ਕਿਸੇ ਗੱਲ ਦਾ ਹੀ ਨਹੀਂ ਪਤਾ। ਕਿਹੜਾ ਪਿੰਡ? ਕਿਹੜਾ ਹੈ? ਪਿੰਡ ਬਾਥਰਕਾ। ਅੱਛਾ, ਇਹਦੇ ਖਿਲਾਫ ਕੋਈ ਰਿਪੋਰਟ ਦਿਖਾਈ ਪੁਲਿਸ ਵਾਲਿਆਂ ਨੇ ਤੁਸੀਂ? ਹਾਂ, ਪੁਲਿਸ ਵਾਲਿਆਂ ਨੂੰ ਅਸੀਂ ਬੁਲਾਇਆ ਸਰਪੰਚ ਨੇ। ਠੀਕ ਹੈ। ਇਹ ਸਾਰੇ ਪੰਚਾਇਤ ਨੇ ਮੰਗਾਇਆ, ਪੰਚਾਇਤ ਵੀ ਖੁਦ ਇੱਥੇ। ਤੁਹਾਨੂੰ ਸ਼ੱਕ ਕਿਸੇ ਦੇ? ਨਾ, ਸਾਨੂੰ ਕਿਸੇ ਤੱਕ ਸ਼ੱਕ ਨਹੀਂ ਹੈ ਕਿਸੇ ਦੇ, ਪਰ ਅਸੀਂ ਆਪਣੇ ਹੱਕ ਦੀ ਕਮਾਈ ਕਰਕੇ ਖਾ ਰਹੇ। ਕੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਤੋਂ? ਪਾਹੇ ਪੱਠੇ ਦਾ ਕੰਮ ਕਰਦੇ ਮਹਾਰਾਜ। ਮੰਗ ਕੀ ਕਰਦੇ ਪੁਲਿਸ ਤੋਂ ਹੁਣ ਤੁਸੀਂ? ਕੁਛ ਵੀ ਨਹੀਂ, ਅਸੀਂ ਤੇ ਚਲੋ ਸਾਡੀ ਛੁਟਕਾਰਾ ਹੋ ਜਾਵੇ। ਠੀਕ, ਤੁਹਾਡੇ ਇਹੋ ਬੜੀ ਮਿੰਤ ਹੈ। ਕੱਲ ਮਿਤੀ 11/2020 ਨੂੰ ਇੱਕ ਫੋਨ ਆਇਆ ਜਿਹਦੇ ਵਿੱਚ ਉਹਨਾਂ ਦੱਸਿਆ ਕਿ ਇੱਕ ਘਰ ਦੇ ਵਿੱਚ ਵਾਸ਼ਿੰਗ ਮਸ਼ੀਨ ਦੇ ਵਿੱਚ ਇੱਕ ਕਾਲੇ ਲਿਫਾਫੇ ਦੇ ਵਿੱਚ ਬੱਚੇ ਦਾ ਭਰੂਣ ਜਿਹੜਾ ਵਾ, ਮੁਕੰਮਲ ਬੱਚਾ ਬਣਿਆ, ਉਹਦਾ ਭਰੂਣ ਜਿਹੜਾ ਮਿਲਿਆ ਵਾ, ਜੋ ਮੌਕੇ 'ਤੇ ਪਹਿਲਾਂ SI ਸੁਖਦੇਵ ਸਿੰਘ ਚੌਂਕੀ ਇੰਚਾਰਜ ਖਾਸਾ ਉਹਨਾਂ ਨੂੰ ਭੇਜਿਆ, ਬਾਅਦ ਵਿੱਚ ਮੈਂ ਖੁਦ ਜਾ ਕੇ ਮੌਕੇ 'ਤੇ ਤਫਤੀਸ਼ ਕੀਤੀ। ਇਹ ਹੈਗਾ ਵਾ ਜਿਆਲ ਸਿੰਘ ਪੁੱਤਰ ਵਧਾਵਾ ਸਿੰਘ, ਕੌਮ ਮਜ਼ਬੀ ਸਿੱਖ ਵਾਸੀ ਬਾਸਰ ਕੇ ਭੈਣੀ, ਉਹਨਾਂ ਦਾ ਘਰ ਸੀਗਾ। ਉਹ ਆਪ ਫੈਮਿਲੀ ਜਿਹੜੀ ਸੀ ਉਹ ਘਰ ਨੂੰ ਤਾਲੇ ਲਗਾ ਕੇ ਅਤੇ ਪਿੰਡ ਦੇ ਦੂਸਰੇ ਪਾਸੇ ਵਿਆਹ 'ਤੇ ਗਏ ਸੀਗੇ। ਜਦੋਂ ਉਹ ਘਰ ਨੂੰ ਤਾਲੇ ਲਗਾ ਕੇ ਗਏ ਨੇ ਤਾਂ ਉਹਨਾਂ ਦੇ ਘਰ ਦਾ ਬਾਹਰ ਦਾ ਦਰਵਾਜ਼ਾ ਜਿਹੜਾ ਵਾ ਉਹਨੂੰ ਜਿਹੜਾ ਕੁੰਡਾ ਜਿਹੜਾ ਸਹੀ ਨਹੀਂ ਹੈਗਾ, ਉਹਨੂੰ ਜਿਹੜਾ ਘੁਮਾਉਣ ਵਾਲਾ ਕੁੰਡਾ ਜਿਹਨੂੰ ਕਹਿ ਦਿੰਦੇ ਆਪਾਂ ਘੋੜਾ, ਉਹ ਸੀਗਾ। ਉਹ ਕਿਸੇ ਨੂੰ ਪਤਾ ਸੀ ਵੀ ਇਹ ਘਰੇ ਨਹੀਂ ਹੈਗੇ। ਉਹ ਕਿਸੇ ਵੀ ਲੇਡੀ ਹੋ ਸਕਦੀ ਜਿਹਨੂੰ ਬੱਚੇ ਦੀ ਜਿਵੇਂ ਅਨਵਾਂਟਡ ਬੱਚਾ ਆਪਾਂ ਕਹਿ ਦਿੰਦੇ ਹਾਂ ਵੀ ਉਹ ਬੱਚਾ ਪੈਦਾ ਹੋਇਆ, ਉਹ ਬੱਚੇ ਨੂੰ ਜਿਹੜਾ ਉਹਨਾਂ ਨੇ ਜਨਮ ਦੇ ਕੇ ਅਤੇ ਉਹਦੇ ਵਿੱਚ ਹੀ ਭਰੂਣ ਬੱਚਾ ਉਹਦੀ ਜਿਹੜੀ ਆ ਔਲ ਆਪਾਂ ਕਹਿ ਦਿੰਦੇ ਹਾਂ, ਔਲ ਉਹਦਾ ਨਾੜੂਆ, ਉਹ ਸਾਰਾ ਕੁਛ ਹੀ ਇੱਕ ਹੀ ਲਿਫਾਫੇ 'ਚ ਪਾ ਕੇ ਅਤੇ ਉਹਨਾਂ ਦੇ ਘਰੇ ਵਾਸ਼ਿੰਗ ਮਸ਼ੀਨ ਸੀ ਬਾਥਰੂਮ ਦੇ ਵਿੱਚ ਬਾਹਰ ਜਿਹੜੀ, ਉਹਦੇ ਵਿੱਚ ਰੱਖ ਕੇ ਉੱਪਰ ਕੱਪੜੇ ਜਿਹੜੇ ਉਹਨਾਂ ਨੇ ਧੋਣ ਵਾਸਤੇ ਰੱਖੇ ਸੀ ਉੱਪਰ ਉਹ ਫਿਰ ਕੱਪੜੇ ਰੱਖਦੇ। ਜਦੋਂ ਸਵੇਰੇ ਉਹਨਾਂ ਦੀ ਨੌਂ ਸਿਮਰਨਜੀਤ ਕੌਰ ਕੱਪੜੇ ਧੋਣ ਲੱਗੀ, ਉਹਨੇ ਉੱਠ ਕੇ ਵੇਖਿਆ ਅਤੇ ਮਸ਼ੀਨ ਚਲਾਈ, ਮਸ਼ੀਨ ਚੱਲੇ ਨਾ, ਉਹਨਾਂ ਜਦੋਂ ਕੱਪੜੇ ਕੱਢ ਕੇ ਵੇਖੇ ਵੀ ਕੀ ਗੱਲ ਹੋਈ ਤਾਂ ਥੱਲੇ ਜਿਹੜਾ ਕਾਲਾ ਲਿਫਾਫਾ ਸੀ ਜਿਹਦੇ ਵਿੱਚ ਭਰੂਣ ਮਿਲਿਆ, ਉਹ ਜਿਹੜਾ ਬੱਚੇ ਦੀ ਬੋਡੀ ਕਬਜ਼ੇ 'ਚ ਲੈ ਲਈ ਆ, 72 ਘੰਟੇ ਵਾਸਤੇ ਉਹਨੂੰ ਰੱਖਿਆ ਗਿਆ ਵਾ ਸ਼ਨਾਖਤ ਲਈ। ਇਹ ਤੋਂ ਸਿਵਾਏ ਜਿਹੜਾ ਵਾ ਨੇੜੇ ਤੇੜੇ ਦੇ ਜਿੰਨੇ ਵੀ ਹੋਸਪਿਟਲ ਆ ਜਾਂ ਮੈਡੀਕਲ ਸਟੋਰ ਆ ਜਾਂ ਹੋਰ ਵੀ ਜਿਹੜੀਆਂ ਨੇੜੇ ਦੀਆਂ ਆਸ਼ਾ ਵਰਕਰ ਦਾਈਆਂ, ਉਹਨਾਂ ਸਾਰਿਆਂ ਨਾਲ ਅਸੀਂ ਜਿਹੜਾ ਵਾ ਤਾਲਮੇਲ ਅਤੇ ਸ਼ਮਲ ਤਫਤੀਸ਼ ਕਰਕੇ ਪੁੱਛਗਿੱਛ ਕਰਦੇ ਪਏ ਹਾਂ ਵੀ ਇਹ ਜਿਹੜਾ ਭਰੂਣ ਹੈ ਕਿੱਥੋਂ ਆਇਆ ਅਤੇ ਕੀ। ਠੀਕ ਹੈ ਜੀ, ਇਹਦੇ ਬਾਰੇ ਤਫਤੀਸ਼ ਜਿਹੜੀ ਉਹ ਜਾਰੀ ਹੈ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।